ਕੈਂਪਸ ਪ੍ਰੋਗਰਾਮ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਬਾਬਾ ਬੰਦਾ ਸਿੰਘ ਬਹਾਦੁਰ ਇੰਜੀਨੀਅਰਿੰਗ ਕਾਲਜ, ਜੋ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਹੈ। ਵਿੱਦਿਆ ਦਾ ਦਾਰਾ ਇਹ ਕਾਲਜ, ਜੋ ਕਿ ਬੱਚਿਆਂ ਲਈ ਇੱਕ ਵਰਦਾਨ ਹੈ। ਕਾਲਜ ਵਿਖੇ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਕਾਲਜ ਵਿਖੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਲਚਰਲ ਐਕਟੀਵਿਟੀਜ਼ ਦੇ ਨਾਲ ਵੀ ਜੋੜਿਆ ਜਾਂਦਾ ਹੈ। ਇੱਥੋਂ ਦਾ ਸਟਾਫ ਬਹੁਤ ਹੀ ਮਿਹਨਤੀ ਅਤੇ ਤਜਰਬੇਕਾਰ ਹੈ। ਇਸ ਕਾਲਜ ਨੂੰ ਨੈਕ ਵੱਲੋਂ ਏ ਗ੍ਰੇਡ ਪ੍ਰਾਪਤ ਹੈ। ਕਾਲਜ ਦੇ ਨਾਲ ਨਾਲ ਬਾਬਾ ਬੰਦਾ ਸਿੰਘ ਬਹਾਦੁਰ ਆਰਮ ਫੋਰਸਿਸ ਪ੍ਰੈਪਰੇਟਰੀ ਅਕੈਡਮੀ ਵੀ ਚੱਲ ਰਹੀ ਹੈ, ਜਿੱਥੇ ਕਿ ਮਿਹਨਤ ਸਦਕਾ ਬੱਚੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਫਿਊਚਰ ਬਣਾਉਂਦੇ ਹਨ। ਆਓ ਲੈ ਕੇ ਚੱਲਦੇ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦੁਰ ਇੰਜੀਨੀਅਰਿੰਗ ਕਾਲਜ, ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ। ਸਾਡੀ ਮੈਂ ਇੱਥੋਂ ਦੇ ਪ੍ਰਿੰਸੀਪਲ ਸਰ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਕਾਲਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਦਰਸ਼ਕੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਜੇ ਅਸੀਂ ਆਏ ਹਾਂ ਨੌਰਥ ਇੰਡੀਆ ਦੀ ਨਾਮਵਰ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਔਰ ਗੱਲ ਕਰ ਰਹੇ ਹਾਂ ਪ੍ਰਿੰਸੀਪਲ ਸਰ ਦੇ ਨਾਲ। ਸਰ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਹਾਂਜੀ, ਧੰਨਵਾਦ ਜੀ ਸਾਡੇ ਕਾਲਜ ਦੀ ਕਵਰੇਜ ਕਰਨ ਲਈ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸਿੱਖਾਂ ਦੀ ਸਰਮੌਰ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1993 ਦੇ ਵਿੱਚ ਸ਼ੁਰੂ ਕੀਤਾ ਗਿਆ ਅਤੇ ਉਸ ਸਮੇਂ ਇਸ ਸੰਸਥਾ ਦੇ ਵਿੱਚ 3 ਅੰਡਰ ਗ੍ਰੈਜੂਏਟ ਕੋਰਸ ਨਾਲ ਸ਼ੁਰੂ ਕੀਤਾ, ਜੋ ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿੱਚ 13 ਅੰਡਰ ਗ੍ਰੈਜੂਏਟ, 5 ਪੋਸਟ ਗ੍ਰੈਜੂਏਟ ਅਤੇ PhD ਦਾ ਸੈਂਟਰ ਚੱਲ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਪਿਛਲੇ ਸਮੇਂ ਦੇ ਵਿੱਚ ਲੰਮੀਆਂ ਪਲਾਂਗਾਂ ਪੁੱਟੀਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ 5 ਵਾਰ NBA ਤੋਂ ਐਕਰੀਡੇਸ਼ਨ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੈਕ ਗ੍ਰੇਡ A ਪ੍ਰਾਪਤ ਹੈ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਅਲੱਗ ਅਲੱਗ ਇੰਜੀਨੀਅਰਿੰਗ ਦੇ ਕੋਰਸਿਸ, ਮੈਨੇਜਮੈਂਟ ਦੇ ਕੋਰਸਿਸ ਅਤੇ ਸਕਿੱਲ ਡਿਵੈਲਪਮੈਂਟ ਦੇ ਬੀ ਵੋਕੇਸ਼ਨਲ ਕੋਰਸ ਚੱਲ ਰਹੇ ਹਨ। ਜੇ ਅਸੀਂ BTECH ਬਾਰੇ ਗੱਲ ਕਰੀਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿੱਚ BTECH ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਐਗਰੀਕਲਚਰ ਇੰਜੀਨੀਅਰਿੰਗ BTECH, ਜੋ ਅਸੀਂ ਇਹ ਕਹਿ ਸਕਦੇ ਹਾਂ ਕਿ BTECH ਐਗਰੀਕਲਚਰ ਇੰਜੀਨੀਅਰਿੰਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਬਾਅਦ ਪੰਜਾਬ ਦੇ ਜੇ ਕਿਸੇ ਕਾਲਜ ਚੱਲ ਰਹੀ ਆ ਤਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਹੈ। ਇਸ ਦੇ ਨਾਲ BTECH ਇਨ ਸਿਵਲ ਇੰਜੀਨੀਅਰਿੰਗ ਚੱਲ ਰਹੀ ਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਪੋਸਟ ਗ੍ਰੈਜੂਏਟ ਕੋਰਸਿਸ ਦੇ ਵਿੱਚ MTECH ਇਨ ਮਕੈਨੀਕਲ ਇੰਜੀਨੀਅਰਿੰਗ, MTECH ਇਨ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, MTECH ਇਨ ਇਲੈਕਟ੍ਰੋਨਿਕਸ,
ਐਂਡ ਐਮ ਟੈਕ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਚੱਲ ਰਹੀ ਹੈ। ਇਸ ਦੇ ਨਾਲ ਐਮ ਬੀ ਏ ਦੇ ਪੋਸਟ ਗ੍ਰੈਜੂਏਸ਼ਨ ਚੱਲ ਰਹੀ ਹੈ। ਜੇ ਵੋਕੇਸ਼ਨਲ ਕੋਰਸਿਸ ਬਾਰੇ ਆਪਾਂ ਗੱਲ ਕਰੀਏ ਤਾਂ ਬੀ ਵੋਕੇਸ਼ਨਲ ਇਨ ਸੋਫਟਵੇਅਰ ਡਿਵੈਲਪਮੈਂਟ, ਬੀ ਵੋਕੇਸ਼ਨਲ ਇਨ ਆਟੋਮੋਬਾਈਲ ਸਰਵਿਸਿੰਗ, ਬੀ ਵੋਕੇਸ਼ਨਲ ਇਨ ਈ ਐਂਡ ਆਈ ਐਂਡ ਆਈ ਟੀ, ਐਂਡ ਬੀ ਵੋਕੇਸ਼ਨਲ ਇਨ ਸੋਲਰ ਟੈਕਨੋਲੋਜੀ। ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਕਿ ਫਿਊਚਰ ਦੇ ਵਿੱਚ ਜ਼ਿਆਦਾ ਪਾਵਰ ਸੋਲਰ ਤੋਂ ਜਨਰੇਟ ਹੋਏਗੀ, ਜੋ ਬੱਚੇ ਇੱਥੇ ਸੋਲਰ ਟੈਕਨੋਲੋਜੀ ਦੇ ਵਿੱਚ ਕੋਰਸਿਸ ਕਰਨਗੇ ਤਾਂ ਉਹਨਾਂ ਲਈ ਨੌਕਰੀ ਦੇ ਬੇਹੱਦ ਮੌਕੇ ਪ੍ਰਦਾਨ ਹੋਣਗੇ। ਅਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕੋਲਜ ਦੇ ਵਿੱਚ ਬੀ ਬੀ ਏ ਅਤੇ ਬੀ ਸੀ ਏ ਦੇ ਕੋਰਸਿਸ ਵੀ ਚੱਲ ਰਹੇ ਹਨ। ਜੇ ਹੁਣ ਅਸੀਂ ਆਪਦੇ ਅਲੂਮਨਾਈ ਬੇਸ ਬਾਰੇ ਗੱਲ ਕਰੀਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੀਆਂ ਲੈਬੋਰਟਰੀਜ਼ ਹਨ, ਕਲਾਸਰੂਮਜ਼ ਹਨ, ਅਤੇ ਜੋ ਇੱਥੋਂ ਦਾ ਪ੍ਰੋਫੈਸਰ ਸਾਹਿਬਾਨ ਹਨ ਉਹ ਵੀ ਉੱਚ ਕੋਟੀ ਦੇ ਵਿੱਦਿਅਕ ਅਦਾਰਿਆਂ ਤੋਂ ਵਿੱਦਿਆ ਪ੍ਰਾਪਤ ਹਨ, ਜੋ ਆਪਣੇ ਵਿਦਿਆਰਥੀਆਂ ਨੂੰ ਅੱਗੇ ਵਿੱਦਿਆ ਪ੍ਰਦਾਨ ਕਰਦੇ ਹਨ, ਜਿਸ ਦੇ ਵਿੱਚ ਉਹਨਾਂ ਨੂੰ ਰਿਸਰਚ ਰਾਹੀਂ ਵੀ ਪੜ੍ਹਾਉਂਦੇ ਨੇ, ਅਤੇ ਇੱਥੋਂ ਦੇ ਪੜ੍ਹੇ ਹੋਏ ਵਿਦਿਆਰਥੀ ਬਹੁਤ ਵਧੀਆ ਕੰਪਨੀਆਂ ਵਿੱਚ ਕਰੋੜਾਂ ਦੇ ਪੈਕੇਜ ਦੇ ਉੱਪਰ ਕੰਮ ਕਰ ਰਹੇ ਨੇ। ਜੇ ਅਸੀਂ ਗੱਲ ਕਰੀਏ ਦੇਸ਼ ਵਿਦੇਸ਼ ਦੇ ਨਾਲ ਦੇਸ਼ ਵਿਦੇਸ਼ਾਂ ਦੇ ਵਿੱਚ ਤਾਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕੋਲਜ ਤੋਂ ਪੜ੍ਹੇ ਹੋਏ ਵਿਦਿਆਰਥੀ ਕਨੇਡਾ, ਯੂ ਐੱਸ ਏ, ਆਸਟ੍ਰੇਲੀਆ ਅਤੇ ਹੋਰ ਦੁਨੀਆ ਦੇ ਸਾਰੇ ਦੇਸ਼ਾਂ ਦੇ ਵਿੱਚ ਇਸ ਟਾਈਮ ਉੱਚ ਅਹੁਦਿਆਂ 'ਤੇ ਬਿਰਾਜਮਾਨ ਹਨ, ਅਤੇ ਉਹ ਸਮੇਂ ਸਮੇਂ 'ਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕੋਲਜ ਨੂੰ ਵਿਜਿਟ ਵੀ ਕਰਦੇ ਰਹਿੰਦੇ ਹਨ, ਅਤੇ ਜੋ ਇੱਥੇ ਦੇ ਸਾਡੇ ਪ੍ਰੈਜੈਂਟ ਵਿਦਿਆਰਥੀ ਨੇ ਉਹਨਾਂ ਨੂੰ ਆਫਲਾਈਨ ਲੈਕਚਰ ਇੱਥੇ ਪਹੁੰਚ ਕੇ ਅਤੇ ਆਨਲਾਈਨ ਲੈਕਚਰਾਂ ਰਾਹੀਂ ਜੋ ਦੁਨੀਆ ਦੇ ਵਿੱਚ ਲੇਟੈਸਟ ਟਕਨੀਕ ਚੱਲ ਰਹੀਆਂ ਹਨ ਉਹਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਨੇ, ਅਤੇ ਉਹਨਾਂ ਨੂੰ ਗਾਈਡ ਕਰਦੇ ਨੇ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਸਫਲ ਹੋ ਸਕਦੇ ਨੇ। ਪ੍ਰਿੰਸੀਪਲ ਸਾਹਿਬ, ਜਿਸ ਤਰੀਕੇ ਦੇ ਨਾਲ ਕੰਪਨੀਆਂ ਜਿਹੜੀਆਂ ਉਹ ਭਾਲਦੀਆਂ ਰਹਿੰਦੀਆਂ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਨਿਕਲਣ ਅਤੇ ਅਸੀਂ ਆਪਣੀਆਂ ਕੰਪਨੀਆਂ ਦੇ ਵਿੱਚ ਸਰਵਿਸ ਦੇਈਏ, ਜੋਬ ਮੇਲੇ ਜਿਹੜੇ ਹੈਗੇ ਆ ਉਹ ਇਸ ਕੋਲਜ 'ਚ ਹੁੰਦੇ ਨੇ, ਪਹਿਲਾਂ ਹੀ ਜਿਹੜੇ ਹੈਗੇ ਆ ਡਾਟਾਸ ਜਿਹੜੇ ਹੈਗੇ ਆ ਉਹ ਮੰਗ ਲੈਂਦੇ ਨੇ ਕਿ ਸਾਡੇ ਬੱਚੇ ਜਿਹੜੇ ਆ ਸਾਨੂੰ ਦਿਓ। ਸਰ, ਕੀ ਕਹਿਣਾ ਚਾਹੋਗੇ ਕਿ ਜੋ ਜੋਬ ਪਲੇਸਮੈਂਟ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕੋਲਜ ਦੀ ਆ, ਮੇਰਾ ਖਿਆਲ ਆ ਪੰਜਾਬ ਦੇ ਵਿੱਚੋਂ ਨੰਬਰ 1 ਹੈ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕੋਲਜ ਦਾ ਆਪਣਾ ਟ੍ਰੇਨਿੰਗ ਐਂਡ ਪਲੇਸਮੈਂਟ ਡਿਪਾਰਟਮੈਂਟ ਹੈ, ਜੋ ਸਾਡੇ ਵਿਦਿਆਰਥੀਆਂ ਨੂੰ ਨੌਕਰੀਆਂ ਦਿਵਾਉਣ ਦੇ ਵਿੱਚ ਹੈਲਪ ਕਰਨ ਲਈ ਅਲੱਗ ਅਲੱਗ ਸਮੇਂ 'ਤੇ ਕੋਲਜ ਦੇ ਵਿੱਚ ਕੰਪਨੀਆਂ ਰਾਹੀਂ ਜੋਬ ਫੇਅਰ ਕਰਾਉਣਾ, ਅਤੇ ਉਸ ਤੋਂ ਬਿਨਾਂ ਔਨਲਾਈਨ ਜੋਬ ਫੇਅਰ ਦੇ ਵਿੱਚ ਉਹਨਾਂ ਨੂੰ ਪਾਰਟੀਸਪੇਟ ਕਰਨਾ, ਅਤੇ ਇਸ ਤੋਂ ਪਹਿਲਾਂ ਉਹ ਸਾਡੇ ਵਿਦਿਆਰਥੀਆਂ ਨੂੰ ਇਹਨਾਂ ਜੋਬਜ਼ ਦੀ ਇੰਟਰਵਿਊਜ਼ ਦੇ ਲਈ ਤਿਆਰ ਵੀ ਕਰਦੇ ਹਨ ਤਾਂ ਕਿ ਉਹ ਸਫਲ ਹੋ ਸਕਣ। ਮੈਂ ਇੱਥੇ ਇਹ ਕਹਿਣਾ ਚਾਹਾਂਗਾ ਕਿ ਸਾਡੇ ਜੋ ਵਿਦਿਆਰਥੀ ਨੇ ਉਹਨਾਂ ਨੂੰ ਬਹੁਤ ਵਧੀਆ ਕੰਪਨੀਆਂ ਵੱਲੋਂ ਔਫਰਜ਼ ਆਉਂਦੀਆਂ ਹਨ, ਅਤੇ ਉਹ ਕੰਪਨੀਆਂ ਦੇ ਵਿੱਚ ਜਾ ਕੇ ਸੇਵਾ ਕਰਦੇ ਹਨ। ਇਸ ਦੇ ਨਾਲ ਨਾਲ ਸਾਡੇ ਵਿਦਿਆਰਥੀ ਨੇ ਤਾਂ ਉਹ ਉੱਚ ਕੋਟੀ ਦੇ ਸੰਸਥਾਨਾਂ ਵਿੱਚ ਡਾਇਰੈਕਟਲੀ ਪੀ ਐੱਚ ਡੀ ਦੇ ਵਿੱਚ ਵੀ ਬੀ ਟੈਕ ਤੋਂ ਬਾਅਦ ਐਡਮਿਸ਼ਨ ਲੈਂਦੇ ਹਨ। ਪਿਛਲੇ ਸਮੇਂ ਵਿੱਚ ਸਾਡੇ ਕਾਫੀ ਵਿਦਿਆਰਥੀਆਂ ਨੇ ਆਈ ਆਈ ਟੀ ਦੇ ਵਿੱਚ ਬੀ ਟੈਕ ਤੋਂ ਬਾਅਦ ਡਾਇਰੈਕਟਲੀ ਪੀ ਐੱਚ ਡੀ ਦੇ ਵਿੱਚ ਐਡਮਿਸ਼ਨ ਲੈ ਕੇ ਕੰਪਲੀਟ ਕੀਤੀ ਹੈ। ਸਰ, ਗ੍ਰੀਨਰੀ ਦੇ ਨਾਲ ਲੈਸ ਇਹ ਕੈਂਪਸ ਜਿਹੜਾ ਬਹੁਤ ਖੁੱਲ੍ਹਾ ਡੁੱਲਾ, ਜਿਹਦੇ ਵਿੱਚ ਹੋਸਟਲ ਫੈਸਿਲਿਟੀਜ਼ ਜਿਹੜੀਆਂ ਲੜਕੀਆਂ ਦੇ ਲਈ ਇੱਕ ਐਸਾ ਵਰਦਾਨ ਵਾਂਗੂ ਹੈ, ਲੜਕਿਆਂ ਦੇ ਲਈ ਹੋਸਟਲ ਫੈਸਿਲਿਟੀਜ਼ ਔਰ ਸਭ ਤੋਂ ਵਧੀਆ ਜਿਹੜਾ ਹੈਗਾ ਖਾਣਾ ਔਰ ਉਹਨਾਂ ਦਾ ਰਹਿਣ ਸਹਿਣ, ਉਹਨਾਂ ਬੱਚਿਆਂ ਦੇ ਲਈ ਅਵਾਰਡਨਸ ਬਹੁਤ ਜ਼ਿਆਦਾ ਵਧੀਆ। ਇਹ ਇੱਕ ਹੋਮਲੀ ਫੀਲਿੰਗ ਹੈਗੀ ਆ, ਕਿਉਂਕਿ ਇੱਥੇ ਕੇਵਲ ਪੰਜਾਬ ਦੇ ਨਹੀਂ, ਇਹ ਇੱਕ ਹੱਬ ਬਣ ਚੁੱਕਿਆ ਹੈਗਾ। ਇੰਟਰਨੈਸ਼ਨਲ ਸਟੂਡੈਂਟ ਜਿਹੜੇ ਹੈਗੇ ਇੱਥੇ ਆਉਂਦੇ ਨੇ,
ਇੱਥੇ ਆਪਾਂ ਗੱਲ ਕਰ ਲਈਏ ਹਰਿਆਣੇ ਦੇ, ਹਿਮਾਚਲ ਦੇ ਗੱਲ ਕਰ ਲਈਏ, ਗੁਜਰਾਤ ਦੇ ਗੱਲ ਕਰ ਲਈਏ, ਦੂਰੋਂ ਦੂਰੋਂ ਸਟੂਡੈਂਟਸ ਪ੍ਰੈਫਰ ਕਰਦੇ ਨੇ, ਬਿਹਾਰ ਦੇ ਸਟੂਡੈਂਟਸ ਇੱਥੇ ਪ੍ਰੈਫਰ ਕਰਦੇ ਨੇ ਕਿ ਇੱਕ ਵਾਰੀ ਜਿਹੜਾ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਕਾਲਜ 'ਚ ਪਹੁੰਚ ਗਿਆ, ਐਡਮਿਸ਼ਨ ਹੋ ਗਈ, ਤਾਂ ਉਹਦਾ ਫਿਊਚਰ ਉਹਨੂੰ ਲੱਗਦਾ ਸਿਕਿਓਰ ਹੈ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਵਿਦਿਆਰਥੀਆਂ ਦੇ ਰਹਿਣ ਦੇ ਲਈ, ਲੜਕੀਆਂ ਲਈ ਹੋਸਟਲ ਦੀ ਕਪੈਸਿਟੀ ਤਕਰੀਬਨ 700 ਦੇ ਕਰੀਬ ਹੈ, ਅਤੇ ਇਸ ਦੇ ਨਾਲ ਲੜਕਿਆਂ ਦੇ ਰਹਿਣ ਲਈ ਸਾਡੇ ਕੋਲ 1100 ਦੇ ਕਰੀਬ ਹੋਸਟਲ ਫੈਸਿਲਿਟੀ ਉਪਲਬਧ ਹੈ। ਅਤੇ ਸਾਡੇ ਵਿਦਿਆਰਥੀ ਹੋਸਟਲਾਂ ਦੇ ਵਿੱਚ ਜਦੋਂ ਤੋਂ ਕਾਲਜ ਬਣਿਆ ਉਦੋਂ ਤੋਂ ਰਹਿੰਦੇ ਆ। ਉਹ ਇਸ ਲਈ ਰਹਿੰਦੇ ਨੇ ਕਿ ਉਹ ਕਾਫੀ ਦੂਰ ਦੁਰਾਡੇ ਇਲਾਕਿਆਂ ਤੋਂ ਮੈਰਿਟ ਲਾਹੀਂ ਇੱਥੇ ਸਿਲੈਕਟ ਹੋ ਕੇ ਦਾਖਲਾ ਲੈਂਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੇ ਨੇੜੇ ਤੇੜੇ ਦੇ ਸ਼ਹਿਰਾਂ ਤੋਂ ਜਿਵੇਂ ਪਟਿਆਲਾ, ਲੁਧਿਆਣਾ, ਚੰਡੀਗੜ੍ਹ, ਮੋਹਾਲੀ, ਖੰਨਾ, ਦੁਰਾਹਾ, ਸਾਹਨੇਵਾਲ, ਉੱਥੋਂ ਬੱਸ ਸਰਵਿਸ ਵੀ ਪ੍ਰੋਵਾਈਡ ਕੀਤੀ ਹੋਈ ਹੈ ਤਾਂ ਕਿ ਜਿਹੜੇ ਵਿਦਿਆਰਥੀ ਚਾਹੁੰਦੇ ਨੇ ਕਿ ਅਸੀਂ ਹਰ ਰੋਜ਼ ਆ ਕੇ ਇੱਥੋਂ ਪੜ੍ਹ ਕੇ ਆਪਣੇ ਘਰ ਦੇ ਵਿੱਚ ਪਹੁੰਚ ਜਾਈਏ, ਉਹਨਾਂ ਲਈ ਉਹ ਸਹੂਲਤ ਵੀ ਦਿੱਤੀ ਗਈ ਹੈ। ਅਤੇ ਅਸੀਂ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਜੋ ਖੇਡਾਂ ਪ੍ਰਤੀ, ਹੋਸਟਲ ਪ੍ਰਤੀ ਅਤੇ ਅਕੈਡਮਿਕ ਇਨਵਾਇਰਮੈਂਟ ਹੈ, ਉਹ ਨੌਰਥ ਇੰਡੀਆ ਦੇ ਇੰਜੀਨੀਅਰਿੰਗ ਕਾਲਜਾਂ ਦੇ ਵਿੱਚੋਂ ਵਨ ਆਫ ਦਾ ਬੈਸਟ ਹੈ। ਅਤੇ ਜੋ ਵਿਦਿਆਰਥੀ ਇੱਥੇ ਦਾਖਲ ਲੈ ਲੈਂਦਾ ਹੈ ਉਹ ਚਾਈਂ ਚਾਈਂ ਆਪਣੀ ਡਿਗਰੀ ਪੂਰੀ ਕਰਕੇ ਆਪਣੀ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਦਾ। ਮੇਰੇ ਕੁਲੀਗ ਪ੍ਰੋਫੈਸਰ ਜਸਵੀਰ ਸਿੰਘ ਰਟੌਲ ਜੀ ਨਾਲ ਇੰਟਰੋਡਕਸ਼ਨ ਕਰਾਉਣਾ ਸਾਡੇ ਦਰਸ਼ਕਾਂ ਦੀ। ਪ੍ਰੋਫੈਸਰ ਜਸਵੀਰ ਸਿੰਘ ਰਟੌਲ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿੱਚ 1995 ਤੋਂ ਸੇਵਾਵਾਂ ਨਿਭਾ ਰਹੇ ਨੇ। ਮੈਂ ਹੁਣ ਉਹਨਾਂ ਨੂੰ ਕਹਾਂਗਾ ਕਿ ਉਹ ਇਸ ਕਾਲਜ ਦੇ ਵਿੱਚ ਜੋ ਕਲਚਰਲ ਅਤੇ ਹੋਰ ਐਕਟੀਵਿਟੀਜ਼ ਹੁੰਦੀਆਂ ਨੇ ਉਹਦੇ ਬਾਰੇ ਬਰੀਫ ਦੇ ਵਿੱਚ ਇੰਟਰੋਡਕਸ਼ਨ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਜੋ ਕਾਲਜ ਹੈ ਇਹ ਸ਼ੁਰੂ ਤੋਂ 1993 ਤੋਂ ਹੀ ਕਲਚਰਲ ਐਕਟੀਵਿਟੀਜ਼, ਗੇਮਸ ਨੂੰ ਬੜਾਵਾ ਦਿੰਦਾ ਰਿਹਾ ਤਾਂ ਕਿ ਸਟੂਡੈਂਟਸ ਦਾ ਜਿਹੜਾ ਸਰਵਪੱਖੀ ਵਿਕਾਸ ਹੈ ਉਹ ਹੁੰਦਾ ਰਹੇ। ਸਾਡੇ ਕਲਚਰਲ ਈਵੈਂਟਸ ਵਾਸਤੇ ਇੱਥੇ 750 ਸਿਟਿੰਗ ਕਪੈਸਿਟੀ ਵਾਲਾ AC ਆਡੀਟੋਰੀਅਮ ਹੈ, ਜਿਹਦੇ ਵਿੱਚ ਸਾਲ 'ਚ ਘੱਟੋ ਘੱਟ 4-5 ਵਾਰੀ ਕੰਪੀਟੀਸ਼ਨ ਬ੍ਰਾਂਚ ਵਾਈਜ਼ ਅਤੇ ਕਾਲਜ ਲੈਵਲ 'ਤੇ ਹੁੰਦੇ ਨੇ, ਜਿਹਦੇ ਨਾਲ ਸਟੂਡੈਂਟਸ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਨਾਲੇ ਜਿਹੜੇ ਸਾਡੇ ਕਾਲਜ 'ਚ ਪਲੇਗਰਾਊਂਡਸ ਨੇ, ਹਾਕੀ, ਬਾਸਕਟਬਾਲ, ਫੁੱਟਬਾਲ, ਬੈਡਮਿੰਟਨ ਦਾ ਇਨਡੋਰ ਸਟੇਡੀਅਮ ਹੈ, ਉਹ ਬੱਚਿਆਂ ਵਾਸਤੇ ਹੈ ਜੋ ਕਿ ਆਪਦੇ ਆਪ ਨੂੰ ਖੇਡਾਂ ਵਿੱਚ ਅੱਗੇ ਰੱਖਣਾ ਚਾਹੁੰਦੇ ਹਨ ਅਤੇ ਆਪਦੀ ਸਿਹਤ ਦਾ ਧਿਆਨ ਰੱਖਦੇ ਹਨ। ਸਭ ਤੋਂ ਬੜੀ ਗੱਲ ਇਹ ਹੈ ਕਿ ਜਿਹੜਾ ਸਾਡੇ ਕਾਲਜ ਦਾ ਇੱਕ ਸਵਿਮਿੰਗ ਪੂਲ ਹੈ ਜੋ ਕਿ ਇੰਟਰਨੈਸ਼ਨਲ ਸਟੈਂਡਰਡ ਦਾ ਸਵਿਮਿੰਗ ਪੂਲ ਹੈ, ਜਿਹਦੇ ਵਿੱਚ ਬੱਚੇ ਤੈਰਾਕੀ ਦੇ ਕੰਪੀਟੀਸ਼ਨ ਲਾਉਂਦੇ ਹਨ ਅਤੇ PTU ਦੇ ਤੈਰਾਕੀ ਦੇ ਕੰਪੀਟੀਸ਼ਨ ਵੀ ਸਾਡੇ ਕਾਲਜ ਹੀ ਹੁੰਦੇ ਹਨ। ਇਸ ਤੋਂ ਬਾਅਦ ਜਿਹੜੇ NCC ਈਵੈਂਟਸ ਦੇ ਵਿੱਚ ਫੌਜ ਦੇ ਵਿੱਚ ਬੱਚੇ ਜਾਣਾ ਚਾਹੁੰਦੇ ਹਨ ਉਹਨਾਂ ਵਾਸਤੇ ਸਾਡੇ ਕਾਲਜ ਦਾ NCC ਯੂਨਿਟ ਵੀ ਹੈਗਾ ਅਤੇ NSS ਯੂਨਿਟ ਦੇ ਵਿੱਚ ਜਾਣ ਵਾਸਤੇ ਬੱਚਿਆਂ ਨੂੰ ਕਿਹਾ ਜਾਂਦਾ ਹੈ। NCC ਯੂਨਿਟ ਦੇ ਵਿੱਚ ਸਾਡਾ ਜਿਹੜਾ ਕਾਲਜ ਹੈ ਉਹ ਏਅਰਵਿੰਗ ਨਾਲ ਸੰਬੰਧਿਤ ਰੱਖਦਾ ਹੈ ਅਤੇ ਏਅਰਫੋਰਸ ਦੇ ਵਿੱਚ ਜਿਹੜੇ ਬੱਚੇ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਅਸੀਂ ਬਹੁਤ ਉਤਸ਼ਾਹਿਤ ਕਰਦੇ ਹਾਂ। ਜਸਵੀਰ ਸਿੰਘ ਰਟੌਲ ਜੀ ਨੂੰ ਅੱਗੇ ਬੇਨਤੀ ਹੈ ਕਿ ਉਹ ਦਰਸ਼ਕਾਂ ਨੂੰ ਜੋ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਵੱਲੋਂ ਵਿਦਿਆਰਥੀਆਂ ਦੇ ਲਈ ਅਲੱਗ ਅਲੱਗ ਤਰ੍ਹਾਂ ਦੇ ਸਕੋਲਰਸ਼ਿਪ ਚਲਾਏ ਜਾ ਰਹੇ ਹਨ ਉਹਨਾਂ ਬਾਰੇ ਵੀ ਜਾਣਕਾਰੀ ਦੇਣਗੇ। ਸਾਡੇ ਕਾਲਜ ਦੇ ਵਿੱਚ ਇੱਕ ਤਾਂ ਮੈਰਿਟ ਸਕੋਲਰਸ਼ਿਪਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਹਰ ਪਰਸੈਂਟੇਜ ਦੇ ਕੁਛ ਨਾ ਕੁਛ ਸਕੋਲਰਸ਼ਿਪ ਰੱਖੀ ਹੋਈ ਹੈ ਕਿ ਬੱਚਾ ਜੇ 60% ਤੋਂ ਉੱਪਰ ਨੰਬਰ ਲੈ ਕੇ ਆਉਂਦਾ ਜਾਂ 70, 80, 90 ਤੋਂ ਉੱਪਰ ਲੈ ਕੇ ਆਉਂਦਾ ਤਾਂ ਸਾਰਿਆਂ ਵਾਸਤੇ ਅੱਡ ਅੱਡ ਪਰਸੈਂਟੇਜ
ਰੱਖੀ ਹੋਈ ਹੈ। ਅਤੇ ਸਭ ਤੋਂ ਪਹਿਲਾਂ ਅਸੀਂ ਇਹ ਕਹਾਂਗੇ ਕਿ ਜਿਵੇਂ ਜਿਹੜਾ ਬੱਚਾ 90% ਨੰਬਰ ਲੈਂਦਾ ਉਹਦੇ ਵਾਸਤੇ 20,000 ਸਕੋਲਰਸ਼ਿਪ ਹੈ, ਜਿਹੜਾ 80 ਤੋਂ 90% ਵਾਲਾ ਉਹਦੇ ਵਿੱਚ 15,000 ਸਕੋਲਰਸ਼ਿਪ ਹੈ, ਜਿਹਦੇ 70 ਤੋਂ 80% ਉਹਦੇ 10,000 ਸਕੋਲਰਸ਼ਿਪ ਹੈ, ਅਤੇ 60 ਤੋਂ 70 ਵਾਲੇ ਦੇ 5,000 ਸਕੋਲਰਸ਼ਿਪ ਹੈ। ਇਹ ਹੁੰਦੇ ਇਹ ਉਹਨਾਂ ਨੂੰ ਅਸੀਂ ਬੀਟੈਕ ਫਸਟ ਸਮੈਸਟਰ ਦੇ ਵਿੱਚ ਸਕੋਲਰਸ਼ਿਪ ਦਿੰਦੇ ਹਾਂ। ਅਤੇ ਉਦੋਂ ਬਾਅਦ ਜਿਹੜੇ ਸਿੱਖ ਬੱਚੇ ਹੁੰਦੇ ਨੇ, ਸਿੱਖ ਬੱਚਿਆਂ ਵਾਸਤੇ ਅਸੀਂ ਪਰ ਈਅਰ 5,000 ਸਕੋਲਰਸ਼ਿਪ ਦਿੰਦੇ ਹਾਂ। ਅਤੇ ਬਾਕੀ ਐੱਮ ਟੈਕ ਦੇ ਵਿੱਚ ਪਰ ਸਮੈਸਟਰ 7,500, ਐੱਮ ਬੀ ਏ ਦੇ ਵਿੱਚ 7,500, ਬੀ ਵੋਕ, ਬੀ ਬੀ ਏ ਅਤੇ ਬੀ ਸੀ ਏ ਦੇ ਵਿੱਚ 7,500 ਸਾਰੇ ਸਮੈਸਟਰਾਂ ਦੇ ਵਿੱਚ ਸਕੋਲਰਸ਼ਿਪ ਦਿੰਦੇ। ਅਸੀਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਸਟਾਫ ਵੱਲੋਂ ਬਹੁਤ ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਦੇ, ਜਿਹੜੇ ਸਮੇਂ ਸਮੇਂ 'ਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੂੰ ਗਾਈਡ ਕਰਦੇ ਰਹਿੰਦੇ ਹਨ ਅਤੇ ਸਾਡੀ ਸਪੋਰਟ ਵੀ ਕਰਦੇ ਰਹਿੰਦੇ ਹਨ। ਮੈਂ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਸਟਾਫ ਵੱਲੋਂ ਸਾਡੇ ਟਰੱਸਟ ਦੇ ਸਮੂਹ ਮੈਂਬਰ ਸਾਹਿਬਾਨ ਦਾ ਵੀ ਦਿਲੋਂ ਧੰਨਵਾਦੀ ਹਾਂ। ਜਦੋਂ ਜਦੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੂੰ ਕੋਈ ਵੀ ਗਾਈਡੈਂਸ ਦੀ ਲੋੜ ਹੁੰਦੀ ਆ ਤਾਂ ਉਹ ਸਾਨੂੰ ਗਾਈਡ ਕਰਦੇ ਹਨ। ਸਾਡੇ ਟਰੱਸਟੀ ਸਾਹਿਬਾਨ ਅਤੇ ਪ੍ਰਧਾਨ ਜੀ ਦੀ ਗਾਈਡੈਂਸ ਨਾਲ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਪਿਛਲੇ 1993 ਤੋਂ ਹਮੇਸ਼ਾ ਬੁਲੰਦੀਆਂ ਸੁਣਦਾ ਆ ਰਿਹਾ ਹੈ। ਹੁਣ ਵੀ ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ, ਸਾਡੇ ਟਰੱਸਟ ਦੇ ਮੈਂਬਰ ਸਾਹਿਬਾਨ ਅਤੇ ਪ੍ਰਧਾਨ ਜੀ ਹਮੇਸ਼ਾ ਸਾਨੂੰ ਗਾਈਡ ਕਰਦੇ ਹਨ ਅਤੇ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਨ। ਧੰਨਵਾਦ।